ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਸਵੇਰੇ ਉੱਠਦਿਆਂ ਸਾਰ, ਰਾਤ ਨੂੰ ਸੌਣ ਤੋਂ ਪਹਿਲਾਂ, ਉਸ ਤੋਂ ਬਾਅਦ ਕੰਮ ਕਾਰ ਕਰਦਿਆਂ ਹੋਇਆਂ, ਤੁਰਦਿਆਂ ਫਿਰਦਿਆਂ, ਕਿਤੇ ਆਉਂਦਿਆਂ ਜਾਂਦਿਆਂ ਇਸ ਸ਼ਬਦ ਦਾ ਜਾਪ ਕਰੋ। ਜਿਵੇਂ ਜਿਵੇਂ ਇਸ ਸ਼ਬਦ ਦਾ ਜਾਪ ਕਰਾਂਗੇ, ਉਵੇਂ ਉਵੇਂ ਸਾਡੀ ਜ਼ਿੰਦਗੀ ਦੇ ਵਿੱਚ ਚੰਗੇ ਬਦਲਾਵ ਆਉਣਗੇ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸਾਡੀ ਜ਼ਿੰਦਗੀ ਦੇ ਸਾਰੇ ਦੁੱਖ ਦਲਿੱਦਰ ਮਿਟਣੇ ਸ਼ੁਰੂ ਹੋ ਜਾਣਗੇ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਹੁੰਦੀ ਆ ਇਸ ਸ਼ਬਦ ਜਾਪ ਦੇ ਨਾਲ। ਤਾਂ ਇਹ ਸ਼ਬਦ ਜਾਪ ਕਿਹੜਾ ਹੈ, ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ। ਇਸ ਕਰਕੇ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ। ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ। ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ। ਸੰਗਤ ਜੀ, ਸਭ ਤੋਂ ਪਹਿਲਾਂ ਆਪਾਂ ਇਸ ਸ਼ਬਦ ਦੀ ਤਾਕਤ ਪਾਵਰ ਬਾਰੇ ਗੱਲ ਕਰਾਂਗੇ ਕਿ ਇਸ ਸ਼ਬਦ ਦੇ ਵਿੱਚ ਕਿੰਨੀ ਪਾਵਰ ਆ ਅਤੇ ਇਸ ਸ਼ਬਦ ਦਾ ਜਾਪ ਕਰ ਪਾਉਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੈ। ਇਹ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਤੇ ਦਿਆਲ ਹੁੰਦੇ ਨੇ, ਜਿਨ੍ਹਾਂ ਦੇ ਉੱਤੇ ਖੁਸ਼ ਹੁੰਦੇ ਨੇ, ਆਪ ਹੀ ਕਿਰਪਾ ਕਰਕੇ ਉਹਨਾਂ ਤੋਂ ਇਹ ਨਾਮ ਜਪਾਉਂਦੇ ਨੇ, ਇਹ ਸ਼ਬਦ ਜਾਪ ਕਰਵਾਉਂਦੇ ਨੇ। ਇਸ ਗੱਲ ਦੀ ਗਵਾਹੀ ਮੇਰੇ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਮੇਂ ਦੀ ਇਹ ਸਾਖੀ ਭਰਦੀ ਹੈ। ਕਹਿੰਦੇ ਮੇਰੇ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਨ ਦੁਨੀਆਂ ਦਾ ਭਲਾ ਕਰਦਿਆਂ ਕਰਦਿਆਂ ਇੱਕ ਨਗਰ ਦੇ ਵਿੱਚ ਪਹੁੰਚੇ ਨਾਲ ਭਾਈ ਮਰਦਾਨਾ ਜੀ। ਕਹਿੰਦੇ ਠੰਡ ਦਾ ਮੌਸਮ ਸੀ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਥਾਂ ਤੇ ਠਹਿਰਾਵ ਕੀਤਾ, ਭਾਵ ਕਿ ਰੁਕ ਗਏ। ਕਹਿੰਦੇ ਭਾਈ ਮਰਦਾਨਾ ਜੀ ਕਾਫੀ ਥੱਕੇ ਸਨ, ਇਸ ਕਰਕੇ ਉਹ ਆਰਾਮ ਕਰਨ ਦੇ ਲਈ ਲੇਟ ਗਏ। ਲੇਟਦਿਆਂ ਨੂੰ ਹੀ ਉਹਨਾਂ ਨੂੰ ਨੀਂਦ ਆ ਗਈ, ਪਰ ਸਤਿਗੁਰ ਸੱਚੇ ਪਾਤਸ਼ਾਹ ਉਹ ਪਰਮ ਪਿਤਾ ਪਰਮਾਤਮਾ ਜੀ ਦੀ ਯਾਦ ਵਿੱਚ ਜੁੜ ਗਏ। ਕਹਿੰਦੇ ਕਾਫੀ ਦੇਰ ਆਰਾਮ ਕਰਨ ਤੋਂ ਬਾਅਦ ਭਾਈ ਮਰਦਾਨਾ ਜੀ ਜਦੋਂ ਉੱਠੇ, ਜਦੋਂ ਉਹਨਾਂ ਦੀ ਅੱਖ ਖੁੱਲੀ ਤਾਂ ਕੀ ਦੇਖਦੇ ਆ ਕਿ ਕੋਲ ਅੱਗ ਬਲ ਰਹੀ ਸੀ। ਤਾਂ ਭਾਈ ਮਰਦਾਨਾ ਜੀ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ ਕਿ ਪਾਤਸ਼ਾਹ ਇਹ ਅੱਗ ਕੌਣ ਬਾਲ ਗਿਆ, ਬੜੀ ਠੰਡ ਲੱਗ ਰਹੀ ਸੀ, ਇਹ ਅੱਗ ਕਰਕੇ ਬੜਾ ਨਿੱਘ ਮਿਲਿਆ ਏ, ਇਹ ਅੱਗ ਕੌਣ ਬਾਲ ਕੇ ਗਿਆ ਏ? ਤੇ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ, ਮਰਦਾਨਿਆ ਕੋਈ ਪ੍ਰੇਮੀ ਆਇਆ ਸੀ, ਉਹਨੇ ਸਿਰ ਦੇ ਉੱਤੇ ਲੱਕੜਾਂ ਦੀ ਪੰਡ ਚੁੱਕੀ ਸੀ, ਆ ਕੇ ਉਹਨੇ ਸਾਨੂੰ ਮੱਥਾ ਟੇਕਿਆ ਅਤੇ ਕਹਿਣ ਲੱਗਾ, ਬਾਬਾ ਜੀ ਬਹੁਤ ਠੰਡ ਪੈ ਰਹੀ ਆ, ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਇਹਨਾਂ ਲੱਕੜਾਂ ਦੀ ਅੱਗ ਬਾਲ ਦੇਵਾਂ। ਪਾਤਸ਼ਾਹ ਕਹਿੰਦੇ ਮੈਂ ਉਹਨੂੰ ਬੜਾ ਰੋਕਿਆ, ਕਿਹਾ ਕਿ ਨਾ ਭਾਈ, ਇਹਨਾਂ ਲੱਕੜਾਂ ਦੀ ਤੂੰ ਅੱਗ ਨਾ ਬਾਲ, ਕਿਉਂਕਿ ਇਹਨਾਂ ਲੱਕੜਾਂ ਦੇ ਨਾਲ ਹੀ ਤੇਰੇ ਘਰ ਦਾ ਗੁਜ਼ਾਰਾ ਚੱਲਦਾ ਹੈ, ਤੂੰ ਇਹ ਲੱਕੜਾਂ ਨੂੰ ਵੇਚ ਕੇ ਹੀ ਘਰ ਵਿੱਚ ਰਾਸ਼ਨ ਪਾਣੀ ਲੈ ਕੇ ਜਾਂਦਾ ਹੈ, ਤੇਰੇ ਘਰ ਦੀ ਰੋਟੀ ਇਹਨਾਂ ਲੱਕੜਾਂ ਦੇ ਸਿਰ 'ਤੇ ਚੱਲਦੀ ਹੈ, ਇਸ ਕਰਕੇ ਤੂੰ ਕਹਿ ਦਿੱਤਾ, ਤੇਰੀ ਇਹ ਸੇਵਾ ਮਨਜ਼ੂਰ ਹੋ ਗਈ ਆ, ਪਰ ਤੂੰ ਇਹ ਲੱਕੜਾਂ ਲੈ ਜਾ, ਵੇਚ ਕੇ ਆਪਣੇ ਘਰ ਵਿੱਚ ਰਾਸ਼ਨ ਪਾਣੀ ਲੈ ਕੇ ਜਾ, ਆਪਣੇ ਘਰ ਦੀ ਰੋਟੀ ਦਾ ਇੰਤਜ਼ਾਮ ਕਰ। ਅਤੇ ਕਹਿੰਦੇ ਭਾਈ ਮਰਦਾਨਾ ਜੀ ਨੇ ਬੜੀ ਉਤਸੁਕਤਾ ਦੇ ਨਾਲ ਪੁੱਛਿਆ, ਫਿਰ ਪਾਤਸ਼ਾਹ, ਫਿਰ ਉਹਨੇ ਅੱਗੋਂ ਕੀ ਕਿਹਾ? ਤਾਂ ਪਾਤਸ਼ਾਹ ਕਹਿਣ ਲੱਗੇ, ਉਹ ਇੱਕ ਪਲ ਦੀ ਸੋਚ ਵਿਚਾਰ ਤੋਂ ਬਾਅਦ ਕਹਿਣ ਲੱਗਾ, ਪਾਤਸ਼ਾਹ ਕੱਲ੍ਹ ਦੀ ਰੋਟੀ ਦਾ ਇੰਤਜ਼ਾਮ ਘਰ ਵਿੱਚ ਹੈ, ਪਰਸੋਂ ਦੀ ਆਪੇ ਵੇਖੀ ਜਾਵੇਗੀ, ਇਸ ਕਰਕੇ ਤੁਸੀਂ ਮੇਰੀ ਇਹ ਸੇਵਾ ਮਨਜ਼ੂਰ ਕਰ ਲਓ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹਦੇ ਪ੍ਰੇਮ ਦੇ ਅੱਗੇ ਸਾਨੂੰ ਹਾਂ ਕਰਨੀ ਪਈ, ਉਹਦੇ ਮਨ ਦੇ ਵਿੱਚ ਬੜੀ ਸ਼ਰਧਾ ਸੀ, ਬੜਾ ਪ੍ਰੇਮ ਸੀ, ਇਸ ਕਰਕੇ ਅਸੀਂ ਉਹਨੂੰ ਇਜਾਜ਼ਤ ਦੇ ਦਿੱਤੀ, ਉਹਨੇ ਇਹ ਲੱਕੜਾਂ ਦੀ ਅੱਗ ਬਾਲ ਦਿੱਤੀ। ਅਤੇ ਕਹਿੰਦੇ ਭਾਈ ਮਰਦਾਨਾ ਜੀ ਕਹਿਣ ਲੱਗੇ, ਸਤਿਗੁਰੂ ਸੱਚੇ ਪਾਤਸ਼ਾਹ
ਫਿਰ ਤਾਂ ਤੁਸੀਂ ਉਹਦੀ ਇਸ ਸੇਵਾ ਤੋਂ ਬੜੇ ਖੁਸ਼ ਹੋਏ ਹੋਵੋਗੇ। ਜ਼ਰੂਰ ਕੋਈ ਵੱਡੀ ਦਾਤ ਉਸ ਸਿੱਖ ਦੀ ਝੋਲੀ ਦੇ ਵਿੱਚ ਪਾਈ ਹੋਵੇਗੀ, ਉਸ ਪ੍ਰੇਮੀ ਦੀ ਝੋਲੀ ਦੇ ਵਿੱਚ ਪਾਈ ਹੋਵੇਗੀ। ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ, ਹਾਂ ਮਰਦਾਨਿਆ, ਉਹ ਦਾਤ ਤਾਂ ਵੱਡੀ ਲੈ ਗਿਆ ਹੈ। ਭਾਈ ਮਰਦਾਨਾ ਜੀ ਨੇ ਫਿਰ ਉਤਸੁਕਤਾ ਦੇ ਨਾਲ ਪੁੱਛਿਆ, ਪਾਤਸ਼ਾਹ ਕੀ ਦਿੱਤਾ ਉਹਨੂੰ, ਕਿਹੜੀ ਦਾਤ ਉਹਦੀ ਝੋਲੀ ਦੇ ਵਿੱਚ ਪਾਈ ਆ? ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ, ਮਰਦਾਨਿਆ, ਹੁਣ ਜਿੰਨੀ ਉਮਰ ਉਹਦੀ ਬਾਕੀ ਬਚੀ ਹੈ ਨਾ, ਵਾਹਿਗੁਰੂ ਜਪਦਿਆਂ ਲੰਘੇਗੀ। ਗੁਰਮੰਤਰ ਦੀ ਨਾਮ ਦੀ ਦਾਤ ਉਹਦੀ ਝੋਲੀ ਦੇ ਵਿੱਚ ਪਾ ਦਿੱਤੀ ਆ। ਇਹ ਸਾਖੀ ਦਾ ਜ਼ਿਕਰ ਭਾਈ ਵੀਰ ਸਿੰਘ ਜੀ ਨੇ ਕੀਤਾ ਹੈ। ਸੋ ਇਸ ਸਾਖੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਆ? ਇਸ ਸਾਖੀ ਤੋਂ ਸਾਨੂੰ ਵੀ ਇਹੀ ਸਿੱਖਣ ਨੂੰ ਮਿਲਦਾ ਕਿ ਵਾਹਿਗੁਰੂ ਸ਼ਬਦ, ਗੁਰਮੰਤਰ, ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਮ ਦੀ ਦਾਤ, ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਤੋਂ ਬਿਨਾਂ ਨਹੀਂ ਮਿਲਦੀ, ਅਤੇ ਉਹਨਾਂ ਨੂੰ ਹੀ ਮਿਲਦੀ ਆ ਜਿਨ੍ਹਾਂ ਦੇ ਮਨ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪ੍ਰਤੀ ਪ੍ਰੇਮ ਪਿਆਰ ਦੀ ਭਾਵਨਾ ਹੋਵੇ। ਸਤਿਗੁਰ ਸੱਚੇ ਪਾਤਸ਼ਾਹ ਸਾਡੇ ਅੰਦਰ ਦੀ ਭਾਵਨਾ ਨੂੰ ਦੇਖ ਕੇ, ਸਾਡੇ ਅੰਦਰ ਦਾ ਪ੍ਰੇਮ ਪਿਆਰ ਸੇਵਾ ਭਾਵਨਾ ਦੇਖ ਕੇ ਖੁਸ਼ ਹੋ ਕੇ ਇਹ ਦਾਤ ਝੋਲੀ ਦੇ ਵਿੱਚ ਪਾਉਂਦੇ ਨੇ, ਅਤੇ ਜਿਸ ਮਨੁੱਖ ਨੂੰ ਇਹ ਦਾਤ ਮਿਲ ਗਈ, ਬਾਕੀ ਮਗਰ ਕੁਝ ਨਹੀਂ ਰਹਿੰਦਾ, ਸਭ ਕੁਝ ਇਸੇ ਦੇ ਵਿੱਚੋਂ ਹੀ ਮਿਲ ਜਾਵੇਗਾ, ਲੋਕ ਪਰਲੋਕ ਸਹੇਲਾ ਹੋ ਜਾਂਦਾ ਹੈ। ਤਾਂ ਫਿਰ ਆਓ ਆਪਾਂ ਵੀ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰੀਏ, ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਜ਼ੀਆਂ ਲਾਈਏ ਵੀ ਪਾਤਸ਼ਾਹ ਸਾਡੇ 'ਤੇ ਵੀ ਤਰਸ ਕਰੋ, ਸਾਡੀ ਝੋਲੀ ਦੇ ਵਿੱਚ ਵੀ ਇਹ ਦਾਤ ਪਾ ਦਿਉ। ਸਤਿਗੁਰ ਸੱਚੇ ਪਾਤਸ਼ਾਹ ਸਾਡੇ 'ਤੇ ਵੀ ਜ਼ਰੂਰ ਤਰਸ ਕਰਨਗੇ, ਅਤੇ ਜਿਨ੍ਹਾਂ ਭੈਣ ਭਰਾਵਾਂ ਦੇ ਉੱਤੇ ਇਹ ਕਿਰਪਾ ਹੈ ਜੋ ਵਾਹਿਗੁਰੂ ਜੀ ਦਾ ਨਾਮ ਜਪਦੇ ਨੇ, ਉਹ ਹਮੇਸ਼ਾ ਆਪਣੇ ਆਪ ਨੂੰ ਖੁਸ਼ਕਿਸਮਤ ਸਮਝੋ, ਆਪਣੇ ਆਪ ਨੂੰ ਚੰਗੇ ਕਰਮਾਂ ਵਾਲੇ, ਵੱਡੇ ਭਾਗਾਂ ਵਾਲੇ ਸਮਝੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਿਹਰ ਹੋ ਗਈ ਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਤੁਹਾਡੇ ਉੱਤੇ ਵਰਤ ਰਹੀ ਆ। ਸਾਡੇ ਮੁਖ ਦੇ ਵਿੱਚੋਂ ਇੱਕ ਵਾਰ ਵੀ ਵਾਹਿਗੁਰੂ ਜੀ ਨਿਕਲਦਾ ਹੈ ਨਾ, ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਦੀ ਨਿਸ਼ਾਨੀ ਆ। ਪਾਤਸ਼ਾਹ ਜੀ ਦੀ ਮਰਜ਼ੀ ਨਾ ਹੋਵੇ, ਉਹਨਾਂ ਦੀ ਖੁਸ਼ੀ ਨਾ ਹੋਵੇ, ਤਾਂ ਸਾਡੀ ਇੰਨੀ ਕੀ ਔਕਾਤ ਕਿ ਅਸੀਂ ਉਸ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਲੈ ਸਕੀਏ? ਇਹ ਸਤਿਗੁਰ ਸੱਚੇ ਪਾਤਸ਼ਾਹ ਆਪ ਜਪਾ ਰਹੇ ਨੇ, ਤਾਂ ਹੀ ਕੋਈ ਜਪ ਰਿਹਾ ਹੈ। ਤਾਂ ਵਾਹਿਗੁਰੂ ਅਕਾਲ ਪੁਰਖ ਜੀ ਦਾ ਘੋਟਨ ਕੋਟ ਸ਼ੁਕਰਾਨਾ ਕਰਨਾ ਹੈ। ਸਵੇਰੇ ਉੱਠਦਿਆਂ ਸਾਰ ਵਾਹਿਗੁਰੂ ਜੀ ਦਾ ਜਾਪ, ਰਾਤ ਨੂੰ ਸੌਣ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਜਾਪ, ਕੰਮ ਕਾਰ ਕਰਦਿਆਂ ਹੋਇਆਂ ਵਾਹਿਗੁਰੂ ਜੀ ਦਾ ਜਾਪ, ਜਦੋਂ ਵੀ ਸਮਾਂ ਮਿਲੇ ਬਸ ਚੌਂਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਜੀ ਜਪਣਾ ਸ਼ੁਰੂ ਕਰ ਦੇਣਾ। ਇਹ ਮਾਇਨੇ ਨਹੀਂ ਰੱਖਦਾ ਕਿ ਆਪਾਂ ਕਿਸ ਤਰੀਕੇ ਦੇ ਨਾਲ ਜਪ ਰਹੇ ਹਾਂ, ਰਸਨਾਂ ਦੇ ਨਾਲ ਜਪ ਰਹੇ ਹਾਂ, ਮਨ ਵਿੱਚ ਜਪ ਰਹੇ ਹਾਂ, ਸਵਾਸਾਂ ਦੇ ਨਾਲ ਜਪ ਰਹੇ ਹਾਂ, ਜਿਵੇਂ ਵੀ ਜਪਿਆ ਜਾਂਦਾ ਇਹ ਨਾ, ਬਸ ਜਪਣਾ ਸ਼ੁਰੂ ਕਰ ਦਿਉ। ਗਾ ਕੇ ਜਪ ਲਓ, ਬੋਲ ਕੇ ਜਪ ਲਓ, ਬਸ ਜਪਣਾ ਸ਼ੁਰੂ ਕਰ ਦਈਏ। ਸਤਿ ਫਿਰ ਆਓ ਇਸ ਸਮੇਂ ਨੂੰ ਵੀ ਲੇਖੇ ਦੇ ਵਿੱਚ ਲਾਈਏ, ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਸਾਰੇ ਹੀ ਕਿਰਪਾ ਕਰੋ। ਵਾਹਿਗੁਰੂ 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 ਵਾਹਿਗੁਰੂ। ਜਿੰਨੀ ਵਾਰ ਵੀ ਆਪਾਂ ਵਾਹਿਗੁਰੂ ਜੀ ਕਹਿ ਰਹੇ ਹਾਂ ਨਾ, ਸਮਝੋ ਇਹ ਸਾਡੇ ਕਾਲੇ ਲੇਖ, ਕਾਲੇ ਕਰਮ ਮਿਟ ਰਹੇ ਨੇ। ਸਤਿਗੁਰ ਸੱਚੇ ਪਾਤਸ਼ਾਹ ਜੀ ਸਾਡੀ ਜ਼ਿੰਦਗੀ ਦੇ ਪਤਾ ਨਹੀਂ ਕਿੰਨੇ ਦੁੱਖ ਦਲਿੱਦਰ ਕੱਟ ਰਹੇ ਹੋਣਗੇ। ਫਿਰ ਆਓ ਜਪੀਏ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।